ਦੋਸਤੋ ਕੀ ਹਾਲ ਚਾਲ ਨੇ ਜਨਾਬ, ਤੁਸੀਂ ਵੇਖਦੇ ਪਏ ਅਰਸ਼ਦ ਅਲੀ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਅਰਸ਼ਦ ਅਲੀ ਜੋਈਆ। ਤੇ ਜਨਾਬ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਹਰ ਰੋਜ਼ ਕੋਸ਼ਿਸ਼ ਕਰਨਾ ਕਿ ਤੁਹਾਡੇ ਵਾਸਤੇ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਵਾਂ, ਤੇ ਜਨਾਬ ਅੱਜ ਵੀ ਮੈਂ ਲੈ ਕੇ ਆਇਆ। ਆਹ ਮੇਰੇ ਜਨਾਬ ਖੱਬੇ ਪਾਸੇ ਦੋ ਝੋਟੀਆਂ ਖਲੋਤੀਆਂ ਨੇ। ਸਭ ਤੋਂ ਪਹਿਲਾਂ ਜਨਾਬ ਤੁਹਾਨੂੰ ਝੋਟੀਆਂ ਵਿਖਾਵਾਂਗਾ, ਉਸ ਤੋਂ ਬਾਅਦ ਆਪਾਂ ਕਰਾਂਗੇ ਮਾਲਕ ਨਾਲ ਗੱਲ। ਤੇ ਆਹ ਕੈਮਰਾਮੈਨ ਸਾਹਿਬ, ਝੋਟੀ ਨੰਬਰ ਇੱਕ ਜਨਾਬ ਵਿਖਾਓ, ਉਸ ਤੋਂ ਬਾਅਦ ਵਿਖਾਵਾਂਗੇ ਦੋ ਨੰਬਰ, ਇਹਦਾ ਜਨਾਬ ਕੀ ਹਿਸਾਬ ਕਿਤਾਬ ਹੈ, ਮੈਂ ਕਰਾਂਗਾ ਮਾਲਕ ਨਾਲ ਗੱਲ। ਇਹ ਜਨਾਬ ਸੂਣ ਵਾਲੀ ਹੈ, ਬਾਕੀ ਇਹ ਕਿੰਨੇ ਦਿਨ ਲੈਂਦੀ ਹੈ ਇਹ ਆਪਾਂ ਮਾਲਕ ਨੂੰ ਪੁੱਛਾਂਗੇ। ਤੇ ਆਹ ਜਨਾਬ ਤੁਸੀਂ ਵੇਖ ਰਹੇ ਜੀ, ਆ ਮੇਰਾ ਕੈਮਰਾਮੈਨ ਤੁਹਾਨੂੰ ਵਿਖਾ ਰਿਹਾ ਜਨਾਬ ਝੋਟੀ ਨੰਬਰ ਇੱਕ। ਲੈਣੇ ਦੇਣੇ ਜਨਾਬ ਮੁਕੱਦਰ ਹੁੰਦੇ ਨੇ, ਸਫ਼ਰ ਕਰਕੇ ਜਨਾਬ ਤੁਹਾਡੇ ਵਾਸਤੇ ਵੀਡੀਓ ਪਾਉਣਾ, ਐਵੇਂ ਨਹੀਂ ਪਾਉਂਦਾ, ਕੂੜੀਆਂ ਕਚਰੇ ਨਹੀਂ ਚੜਾਉਂਦਾ, ਚੰਗੀ ਤੋਂ ਚੰਗੀ ਸ਼ਹਿ ਜਨਾਬ ਵੇਖ ਕੇ ਚੜਾਉਂਦਾ ਉਹਨਾਂ। ਅਤੇ ਇਹ ਜਨਾਬ ਤੁਸੀਂ ਵੇਖ ਰਹੇ ਜੇ ਝੋਟੀ ਨੰਬਰ ਇੱਕ, ਇਹਦਾ ਕੀ ਹਿਸਾਬ ਕਿਤਾਬ ਹੈ, ਉਹ ਮੈਂ ਕਰ ਲਵਾਂਗਾ ਜਨਾਬ ਮਾਲਕ ਨਾਲ ਗੱਲ। ਅਤੇ ਇਹ ਜਨਾਬ ਝੋਟੀ ਹੈ ਸੂਣ ਵਾਲੀ, ਪਹਿਲਾਂ ਸੁਬਹ ਇਹ ਸੂਵੇਗੀ, ਇਹਨੂੰ ਕੈਮਰਾਮੈਨ ਸਾਹਿਬ ਵਿਖਾ ਦਿਓ। ਅਤੇ ਉਸ ਤੋਂ ਬਾਅਦ ਆਹ ਝੋਟੀ ਨੰਬਰ ਦੋ ਵੀ ਵਿਖਾਉਣੀ ਹੈ ਤੁਸੀਂ, ਇਹਦਾ ਜਨਾਬ ਵਿਖਾਓ ਸਵਾਰ ਕੇ ਤਸੱਲੀ ਨਾਲ, ਮੂੰਹ ਸਿੰਘ ਯੇ ਵੋ ਉਰਾਂ ਪਰਾਂ ਕਰਕੇ ਤਸੱਲੀ ਕਰਾ ਦਿਓ, ਕਿਉਂਕਿ ਆਪਣੇ ਨਾਲ ਜਨਾਬ ਜੱਟ ਲੋਕ ਬੰਦੇ ਜ਼ਿਆਦਾ ਜੁੜੇ ਹੁੰਦੇ ਨੇ। ਅਤੇ ਉਹ ਬੰਦੇ ਜਨਾਬ ਫਿਰ ਇਹ ਕਹਿੰਦੇ ਨੇ ਕਿ ਅਰਸ਼ਦ ਸਾਹਿਬ ਉਹ ਫਲਾਣੀ ਜਗ੍ਹਾ ਦੀ ਜਿਹੜੀ ਫੋਟੋ ਸੀ ਉਹ ਤੁਸੀਂ ਵਿਖਾਈ ਨਹੀਂ ਦੀ, ਅਤੇ ਹੁਣ ਤੁਸੀਂ ਐਵੇਂ ਕਰੋ ਕਿ ਸਫ਼ਰ ਸੁਫ਼ਰ ਕਰ ਲਵੋ ਅਤੇ ਚਲੇ ਜਾਓ, ਸਾਨੂੰ ਫੋਟੋ ਬਣਾ ਦਿਓ। ਅਤੇ ਇਹ ਜਨਾਬ ਤੁਸੀਂ ਵੇਖ ਰਹੇ ਜੇ ਝੋਟੀ ਨੰਬਰ ਇੱਕ, ਇਹਦਾ ਕੀ ਹਿਸਾਬ ਕਿਤਾਬ ਹੈ, ਇਹ ਆਪਾਂ ਕਰਾਂਗੇ ਜਨਾਬ ਮਾਲਕ ਨਾਲ ਗੱਲ। ਅਤੇ ਕੈਮਰਾਮੈਨ ਸਾਹਿਬ ਪਹਿਲਾਂ ਝੋਟੀ ਹੈ, ਭਲਾ ਮੂੰਹ ਵਿਖਾਉਣ ਦੀ ਵੀ ਤੁਹਾਨੂੰ ਫੜਵਾ ਕੇ, ਇਹ ਆਪਾਂ ਮਾਲਕ ਤੋਂ ਵੈਸੇ ਪੁੱਛ ਲਾਂਗੇ ਵੀ ਇਹ ਕਿੰਨਵਾਂ ਕਿੰਨੇ ਇਹਦੇ ਦੰਦ ਨੇ, ਮੂੰਹ ਚੌਗੀ ਹੈ, ਮੂੰਹ ਠੀਕ ਹੋ ਗਿਆ। ਆਹ ਵਿਖਾ ਹੁਣ ਝੋਟੀ ਨੰਬਰ ਦੋ, ਆਹ ਜਨਾਬ ਝੋਟੀ ਨੰਬਰ ਦੋ ਤੁਸੀਂ ਵੇਖ ਰਹੇ ਜੀ, ਆਹ ਕੈਮਰਾਮੈਨ ਤੁਹਾਨੂੰ ਵਿਖਾ ਰਿਹਾ ਝੋਟੀ ਨੰਬਰ ਦੋ, ਇਹ ਜਨਾਬ ਸਿੰਘਾਂ ਤੋਂ ਮੀਣੀ ਹੈ। ਬਾਕੀ ਇਹ ਵੀ ਸੁਣਨ ਵਾਲੀ ਹੈ ਜਨਾਬ, ਕਿੰਨੇ ਦਿਨ ਲਵੇਗੀ, ਇਹ ਵੀ ਮੈਂ ਕਰ ਲਵਾਂਗਾ ਜਨਾਬ ਮਾਲਕ ਨਾਲ ਗੱਲ। ਅਤੇ ਪਾਣੀ ਦਾ ਥੋੜ੍ਹਾ ਉਹਨਾਂ ਨੂੰ ਮੂੰਹ ਕਰੀ, ਇਹ ਜਨਾਬ ਤੁਸੀਂ ਵੇਖ ਰਿਹਾ ਜੇ, ਇਹਦਾ ਇੱਕ ਸਿੰਘ ਮੀਣਾ ਜਨਾਬ ਅਤੇ ਇੱਕ ਦੂਸਰਾ। ਅਤੇ ਇਹ ਵੀ ਸੁਣਨ ਵਾਲੀ ਹੈ, ਇਹ ਵੀ ਮੈਂ ਕਰ ਲਵਾਂਗਾ ਮਾਲਕ ਨਾਲ ਗੱਲ। ਅਤੇ ਕੈਮਰਾਮੈਨ ਸਾਹਿਬ ਤੁਸੀਂ ਝੋਟੀਆਂ ਵਿਖਾਓ ਅਤੇ ਮੈਂ ਕਰ ਲੈਣਾ ਮਾਲਕ ਨਾਲ ਗੱਲਾਂ, ਝੋਟੀ ਨੰਬਰ ਇੱਕ ਦੀ ਅਤੇ ਦੋ ਦੀ। ਅਤੇ ਉਸ ਤੋਂ ਬਾਅਦ ਜਿਹੜਾ ਆਪਾਂ ਵੀਡੀਓ ਦਾ ਐਂਡ ਕਰਾਂਗੇ। ਅਸਲਾਮ ਅਲੈਕਮ ਜੀ। ਵਾਲੇਕੁਮ ਸਲਾਮ ਜੀ। ਅੱਛਾ ਭਾਈ ਸਾਹਿਬ, ਤੋਂ ਪਹਿਲੇ ਆਪਣਾ ਨਾਂ ਦੱਸਣਾ ਜੀ ਮੈਨੂੰ। ਸਰਫਰਾਜ਼ ਹੁਸੈਨ। ਭਾਈ ਸਰਫਰਾਜ਼, ਆ ਝੋਟੀ ਨੰਬਰ ਇੱਕ ਜਨਾਬ ਜਿਹੜੀ ਮੇਰੇ ਕੈਮਰਾਮੈਨ ਤੁਹਾਨੂੰ ਇਹਨੂੰ ਵਿਖਾ ਰਿਹਾ, ਇਹ ਝੋਟੀ ਦਾ ਮੈਨੂੰ ਤੁਸੀਂ ਇਹ ਦੱਸਣਾ ਵੀ ਇਹ ਸੁਣਨ ਵਾਲੀ ਹੈ? ਜੀ ਜੀ। ਇਹ ਕਿੰਨੇ ਦਿਨ ਲਵੇਗੀ ਸੁਣ? 8 ਤੋਂ 10 ਦਿਨ ਲੈ ਜਾਏਗਾ। 8 ਤੋਂ 10 ਦਿਨ ਪੱਕੇ ਲਵੇਗੀ? ਹਾਂਜੀ। ਠੀਕ ਹੋ ਗਿਆ। ਇਹ ਪਹਿਲਾਂ ਸੁਬਹ ਸੁਵੇਗੀ? ਪਹਿਲਾਂ ਜੀ। ਇਹਦੇ ਜਨਾਬ ਹੁਣ ਇਹ ਵੀ ਆਪਣੇ ਫਾਈਨਲ ਜਿਹੜੇ ਪੈਸੇ ਨਾ ਉਹ ਜ਼ਿਆਦਾ ਨਹੀਂ ਦੱਸਣੇ, ਕਿਉਂਕਿ ਸਾਵਣ ਦਾ ਮਹੀਨਾ ਦੇ ਪੂਰੇ ਸੂਰੇ ਦੱਸਣੇ ਨੇ। ਇਹਦਾ 230 ਜੀ। 230 ਦੇ ਵਿੱਚ ਕੋਈ ਪਿਆਰ ਮੁਹੱਬਤ ਕਰ ਲਾਂਗੇ। ਚਲੋ ਕਰ ਲੈਣਾ। ਅਤੇ ਆਹ ਝੋਟੀ ਨੰਬਰ ਦੋ ਹੈ ਜਿਹੜੀ, ਇਹਦਾ ਵੀ ਉਵੇਂ ਮੈਨੂੰ ਦੱਸਣਾ ਵੀ ਇਹ ਕਿੰਨੇ ਦਿਨ ਲੈਂਦੀ ਹੈ ਸੁਮਣ ਨੂੰ, ਅਤੇ ਕਿੰਨੇ ਦੇ ਪੈਸੇ ਨੇ ਫਾਈਨਲ ਅਤੇ ਕਿੰਨੇ ਇਹ ਆਪਣਾ ਕਿੰਨਵਾਂ ਇਹ ਸੁਬਹਾ ਸੁਵੇਗੀ? ਇਹ ਪਹਿਲਾਂ ਨਹੀਂ ਹੈ ਅਤੇ 210 ਇਹਦਾ ਰੇਟ ਹੈ ਜੀ। ਅੱਛਾ, ਇਹ ਵੀ ਪਹਿਲਾਂ ਸੁਬਹਾ ਸੁਵੇਗੀ? ਹਾਂਜੀ। ਠੀਕ ਹੋ ਗਿਆ। ਹਾਂਜੀ। ਇਹਦੇ 210 ਨੇ, ਇਹਦੇ ਵਿੱਚ ਕੋਈ ਪਿਆਰ ਮੁਹੱਬਤ ਕਰ ਲਵਾਂਗੇ ਜੀ। ਇਹ ਜਨਾਬ ਕਰ ਲੈਣਾ। ਅਤੇ ਨੰਬਰ ਜਨਾਬ ਲਾਵਾਂਗਾ ਡਿਸਕ੍ਰਿਪਸ਼ਨ ਦੇ ਵਿੱਚ, ਨੰਬਰ ਮੈਂ ਬੋਲ ਕੇ ਦੱਸਦਾ ਹੁੰਦਾ 0372927728 0300729728। ਇਹ ਜਨਾਬ ਮੇਰੇ ਵਟਸਐਪ ਅਤੇ ਈਮੋ ਦਾ ਨੰਬਰ ਹੈ, ਇਸ ਨੰਬਰ 'ਤੇ ਤੁਸੀਂ ਕਰਨੀ ਹੈ ਕਾਲ। ਅਤੇ ਇਹ ਦੋਵੇਂ ਝੋਟੀਆਂ ਮੈਂ ਰੋਕਾਂਗਾ। ਅਤੇ ਦੋਸਤੋ, ਚੈਨਲ ਨੂੰ ਜਨਾਬ ਲਾਈਕ ਅਤੇ ਸ਼ੇਅਰ ਲਾਜ਼ਮੀ ਕੀਤਾ ਕਰੋ, ਤਾਂ ਕਿ ਮੈਨੂੰ ਪਤਾ ਲੱਗਦਾ ਰਹਿੰਦਾ ਜਨਾਬ ਕਿ ਕਿੰਨਾ ਕਿੰਨਾ ਸ਼ੌਕ ਤੁਸੀਂ ਰੱਖਦੇ ਹੋ। ਬਾਕੀ ਅਰਸ਼ਦ ਅਲੀ ਟੀਵੀ ਜਨਾਬ ਨੀਲੀ ਦਰਿਆ ਦੀਆਂ ਵੀਡੀਓ ਪਾਉਂਦਾ, ਐਵੇਂ ਨਹੀਂ ਪਾਉਂਦਾ। ਅਤੇ ਮੈਂ ਉਮੀਦ ਕਰਾਂਗਾ ਕਿ ਮੇਰੀ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਆਵੇਗੀ। ਅਤੇ ਮੇਰੀ ਅਗਲੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਜਨਾਬ ਕਰੋ ਸਬਸਕ੍ਰਾਈਬ ਅਤੇ ਬੈੱਲ ਆਈਕਾਉਣ ਦੇ ਬਟਨ 'ਤੇ ਮਾਰੋ ਹੱਥ, ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚੇ ਅਤੇ ਤੁਸੀਂ ਉਹ ਵੀਡੀਓ ਵੇਖ ਸਕੋ। ਮਿਲਣੇ ਆ ਜਨਾਬ ਅਗਲੀ ਵੀਡੀਓ 'ਚ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।